ਪਹਿਲਾਂ ਤਾਂ 1984 ਚ ਪੂਰੇ ਦਾ ਪੂਰਾ ਕਾਰੋਬਾਰ ਖਤਮ ਹੋ ਗਿਆ। ਫਿਰ ਕਾਰੋਬਾਰ ਦੀ ਚਿੰਤਾ ਇੰਨੀ ਪਈ ਕਿ ਪਤੀ ਵੀ ਬਿਮਾਰ ਹੋ ਕੇ ਸਾਥ ਛੱਡ ਗਿਆ। ਪਿੱਛੋਂ ਬਚੀ ਇਕੱਲੀ ਪਤਨੀ ਨੇ ਆਪਣੇ ਪੁੱਤਰ ਧੀ ਨੂੰ ਸਾਂਭਿਆ, ਦੁਕਾਨਦਾਰੀ ਵੀ ਸੈੱਟ ਕੀਤੀ। ਪਰ ਰੱਬ ਦੇ ਰੰਗ ਹੀ ਕੁਝ ਅਜਿਹੇ ਬਣੇ ਕਿ ਹੁਣ 72 ਸਾਲਾਂ ਇਹ ਔਰਤ ਖੁਦ ਕੈਂਸਰ ਦੀ ਮਰੀਜ਼ ਹੈ। ਪਰ ਫਿਰ ਵੀ ਹੌਸਲਾ ਐਡਾ ਹੈ ਕਿ ਆਪਣੀ ਦੁਕਾਨ ਦੇ ਕੰਮ ਕਾਜ ਦੇ ਨਾਲ ਨਾਲ ਪੁੱਤ ਨਾਲ ਚੜ੍ਹਦੀ ਕਲਾ ਵਿੱਚ ਰਹਿ ਰਹੀ ਹੈ। ਇਹ ਕਹਾਣੀ ਹੈ ਉਹਨਾਂ ਲੋਕਾਂ ਲਈ ਜੋ ਛੋਟੀ ਜਿਹੀ ਸਮੱਸਿਆ ਆਉਣ ਤੇ ਹਾਰ ਮੰਨ ਜਾਂਦੇ ਨੇ, ਦਿਲ ਢਾ ਬੈਠਦੇ ਨੇ। ਆਓ ਫਿਰ ਤੁਹਾਨੂੰ ਮਿਲਾਉਂਦੇ ਹਾਂ ਇਸ ਚੜ੍ਹਦੀ ਕਲਾ ਵਾਲੀ ਔਰਤ ਤੇ ਉਹਦੇ ਦਲੇਰ ਪੁੱਤਰ ਨਾਲ। 2022 ਦੇ ਵਿੱਚ ਤੁਹਾਨੂੰ ਪ੍ਰੋਬਲਮ ਹੋਈ ਹੈ ਕੈਂਸਰ ਦੀ। ਘਰ ਦੇ ਜੇ ਅਸੀਂ ਹਾਲਾਤਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਘਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹੈਗੇ, ਘਰੇ ਬੈਠੇ ਹਾਂ। ਘਰ ਦੇ ਵਿੱਚ ਮਾਂ ਪੁੱਤੀ ਹੈ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇੱਕ ਵੀਰ ਹੈ, ਉਹ ਆਪਣੇ ਕਿਚਨ ਦੇ ਵਿੱਚ ਕੰਮ ਕਰ ਰਹੇ ਨੇ। ਇਹ ਭੁਪਿੰਦਰ ਆਂਟੀ ਦੇ ਬੇਟੇ ਹੈ ਔਰ ਇਹਨਾਂ ਦੇ ਜਿਹੜੇ ਪਤੀ ਹੈ ਉਹ ਅੱਜ ਤੋਂ ਲਗਭਗ 23 ਸਾਲ ਪਹਿਲਾਂ ਦਿਮਾਗੀ ਬਿਮਾਰੀ ਹੋਣ ਦੇ ਕਾਰਨ ਜਿਹੜਾ ਹੈਗਾ ਉਹ ਗੁਜ਼ਰ ਗਏ ਸੀਗੇ। ਬਲੂ ਸਟਾਰ ਤੋਂ ਬਾਅਦ ਫਿਰ ਸਾਰੀਆਂ ਦੁਕਾਨਾਂ ਬਿਖਰ ਗਈਆਂ ਉੱਥੋਂ, ਉਹ ਸਾਨੂੰ ਉੱਥੇ ਮਿਲੀ ਸੀ। ਅੱਜ ਤੁਹਾਡੀ ਦੁਕਾਨ ਕਿੱਥੇ ਹੈ? ਅੱਜ ਦੁਕਾਨ ਵੀ ਸਵਾਂਕ ਮੰਡੀ, ਨਮਕ ਮੰਡੀ ਦੇ ਕੋਲ ਹੈ, ਦਰਬਾਰ ਸਾਹਿਬ ਦੇ ਏਰੀਏ 'ਚ ਹੀ ਪੈਂਦੀ ਹੈ। ਅਤੇ ਉਸ ਚੀਜ਼ ਦਾ ਇੱਕ ਸੈਟਬੈਕ ਪਰਿਵਾਰ ਨੂੰ ਲੱਗਿਆ? ਜ਼ਰੂਰੀ ਗੱਲ, ਇੱਕ ਕੰਮ ਚੱਲਦਾ ਹੋਵੇ, ਇੱਕ ਕੰਮ ਨੂੰ ਚਲਾਉਣਾ ਹੈ, ਫਰਕ ਤਾਂ ਪੈਂਦਾ। ਕਿਹਾ ਕਿ ਅੰਕਲ ਬੈਠ ਗਏ ਸੀ ਘਰੇ ਬਿਲਕੁਲ ਹੀ, ਤਾਂ ਫਿਰ ਤੁਸੀਂ ਮਤਲਬ ਹੌਸਲਾ ਕਰਕੇ ਤੁਸੀਂ ਨਿਕਲੇ ਘਰੋਂ ਵੀ ਮੈਂ ਕੰਮ ਕਰੂੰਗੀ, ਘਰ ਤਾਂ ਚਲਾਉਣਾ ਹੀ ਹੈ, ਬੱਚੇ ਤਾਂ। ਬਿਲਕੁਲ ਬਿਲਕੁਲ, ਅਗਰ ਮੈਂ ਜਾਵਾਂਗੀ ਤਾਂ ਤੁਸੀਂ ਮੇਰੇ ਪਿੱਛੇ ਜ਼ਰੂਰ ਆਓਗੇ ਫਿਰ, ਕਿਉਂਕਿ ਬੱਚੇ ਛੋਟੇ ਸੀ ਉਸ ਤੋਂ ਮੇਰੇ। ਲੇਕਿਨ ਪਤਾ ਨਹੀਂ ਉਹਨਾਂ ਨੇ ਮਨ ਨੂੰ ਕਿਸ ਤਰ੍ਹਾਂ ਲਗਾ ਲਈ, ਕੁਛ ਓਪਨ ਨਹੀਂ ਸੀ ਕਰਦੇ ਗੱਲ, ਲੇਕਿਨ ਉਹਨਾਂ ਦੀ ਗੱਲ ਨੂੰ ਮੈਂ ਸਮਝਦੀ ਜ਼ਰੂਰ ਸੀ ਕਿ ਇਹਨਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਹੈ, ਬੋਲ ਨਹੀਂ ਪਾ ਰਹੇ ਹੈ। ਉਹਨਾਂ ਨੂੰ ਇਹ ਲੱਗਦਾ ਸੀ ਕਿ ਮੈਂ ਉਹ ਗਲਤੀ ਕੀਤੀ ਹੈ ਜਿਹੜੀ ਉਹ ਦੁਕਾਨ ਦੇ ਕੇ ਮੈਂ ਇਹ ਦੁਕਾਨ 'ਤੇ ਆ ਗਈ। ਅਸੀਂ ਦੇਖ ਰਹੇ ਹਾਂ ਕਿ ਤੁਹਾਡੇ ਜੋ ਬੇਟੇ ਹੈ, ਤੁਹਾਡੇ ਬੇਟੇ ਬਹੁਤ ਜ਼ਿਆਦਾ ਮਿਹਨਤੀ ਨੇ ਔਰ ਤੁਹਾਡਾ ਉਹ ਇਸ ਤਰ੍ਹਾਂ ਸਾਥ ਦਿੰਦੇ ਨੇ ਜਿਵੇਂ ਇੱਕ ਧੀ ਹੁੰਦੀ ਹੈ, ਧੀ ਦੀ ਤਰ੍ਹਾਂ ਵੀ ਖੜ੍ਹੇ ਨੇ, ਜਿੱਥੇ ਬੇਟੀ ਦੀ ਲੋੜ ਆ ਉੱਥੇ ਬੇਟੇ ਦੀ ਤਰ੍ਹਾਂ ਵੀ ਖੜ੍ਹੇ ਨੇ, ਹੈ ਨਾ। ਔਰ ਇੱਕ ਇਸ ਤਰ੍ਹਾਂ ਦੀ ਵਾਈਫ ਵੀ ਆਉਂਦੀ ਹੈ ਜਿਵੇਂ ਘਰ ਦੇ ਮੁਖੀ ਨੇ, ਇਹ ਘਰ ਦੇ ਮੁਖੀ ਵਾਲੀ ਵੀ ਇੱਕ ਵਾਈਫ ਆਉਂਦੀ ਕਿ ਹਾਂ ਵੀ ਮੈਂ ਘਰ ਦੇ ਵਿੱਚ ਮੈਂ ਵੱਡਾ, ਉਹ ਵੀ ਜਿਹੜੀ ਇੱਕ ਜਗ੍ਹਾ ਆ ਉਹਦੇ ਵੀ ਇਹ ਖਾਰੇ ਉਤਰਦੇ ਆ। ਅਮਨਦੀਪ ਵੀਰ ਵਾਸਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ, ਜੇ ਮੈਂ ਕਹਾਂ ਕਿ ਆਂਟੀ ਤੁਸੀਂ ਕੋਈ ਇੱਕ ਉਹਨਾਂ ਦੇ ਵਾਸਤੇ ਲਾਈਨ ਜਾਂ ਇੱਕ ਸ਼ਬਦ ਤੁਸੀਂ ਬੋਲਣਾ ਚਾਹੁੰਦੇ ਹੋ ਤੁਹਾਡੇ ਮਨ ਦੇ ਵਿੱਚ ਹੋਵੇ ਵੀ ਮੈਂ ਇਹ ਬੱਚੇ ਨੂੰ ਬੋਲਣਾ ਚਾਹੁੰਦੀ ਔਰ ਪਹਿਲਾਂ ਕਦੇ ਵੀ ਨਹੀਂ ਬੋਲੀ, ਤਾਂ ਉਹ ਕੀ ਸ਼ਬਦ ਹੋਣਗੇ? ਉਹ ਸ਼ਾਇਦ ਜੋ ਮਾਂ ਨੂੰ ਦੇਣਾ ਚਾਹੀਦਾ ਸੀ ਉਹ ਮਾਂ ਦੇ ਨਹੀਂ ਪਾ ਰਹੀ ਆਪਣੇ ਬੱਚੇ ਨੂੰ, ਮਜਬੂਰੀ ਹੈ ਕਿ ਉਹ ਜੋ ਚਾਹੁੰਦੀ ਉਹ ਦੇ ਨਹੀਂ ਪਾ ਰਹੀ ਹਾਲੇ। ਦੇ ਦੇਵਾਂ ਕੁਛ ਅਸੀਸਾਂ, ਦੇ ਦੇਵਾਂ ਅਸੀਸਾਂ ਲੱਗ ਜਾਂਦੀਆਂ, ਅਸੀਸਾਂ ਬਹੁਤ ਇੰਨੀਆਂ ਇਸਨੂੰ, ਬਸ ਬਸ ਹੋਰ ਨਹੀਂ ਕੁਛ ਕਹਿਣਾ ਚਾਹੁੰਦੀ। ਆਂਟੀ ਤੁਸੀਂ ਰਹੋ ਨਾ, ਤੁਸੀਂ ਦੇਖੋ ਕਿੰਨੇ ਸਟਰੋਂਗ ਹੋ, ਇੰਨੇ ਸਟਰੋਂਗਲੀ ਤੁਸੀਂ, ਤੁਹਾਨੂੰ ਨਾ ਮਿਲ ਕੇ ਮੈਨੂੰ ਵੀ ਬਹੁਤ ਜ਼ਿਆਦਾ ਇੰਸਪੀਰੇਸ਼ਨ ਮਿਲੀ ਹੈ, ਕੰਮ ਕਰਨ ਦਾ ਜਜ਼ਬਾ ਜਿਹੜਾ ਹੈਗਾ ਜਾਗ ਗਿਆ ਹੋਰ ਵੀ, ਹੈ ਨਾ। ਅਸੀਂ ਦੇਖੋ ਇੰਨੇ ਦੂਰੋਂ ਆਏ ਹਾਂ ਤੁਹਾਨੂੰ ਮਿਲਣ ਵਾਸਤੇ, ਮੇਰਾ ਘਰ ਇੱਥੋਂ 200 ਕਿਲੋਮੀਟਰ ਦੂਰ ਹੈ ਲਗਭਗ, ਪਰ ਤੁਹਾਡੇ 'ਚ ਕੋਈ ਤਾਂ ਗੱਲ ਹੋਊ ਜਿਹੜੀ ਸਾਨੂੰ ਇੱਥੇ ਖਿੱਚ ਲਿਆਈ ਹੈ। ਟਿਫਨ ਸਰਵਿਸ ਦਾ ਵੀ ਕੰਮ ਹੈ ਅਮਨਦੀਪ ਵੀਰੇ ਦਾ, ਅਤੇ ਨਾਲ ਨਾਲ ਉਹ ਮਾਂ ਦੀ ਗੱਲ ਸੁਣ ਕੇ ਵੀਰ ਰੋ ਵੀ ਰਹੇ ਆ, ਭਾਵੁਕ ਵੀ ਨੇ ਔਰ ਇਸ ਤਰ੍ਹਾਂ ਰੋ ਰਹੇ ਕਿ ਮਾਂ ਨੂੰ ਪਤਾ ਨਾ ਲੱਗੇ। ਅਮਨਦੀਪ ਵੀਰੇ ਤੁਹਾਡੇ ਮੰਮਾ ਬਹੁਤ ਸਟਰੋਂਗ ਨੇ, ਬਹੁਤ
ਤੇ ਇਸੇ ਕਰਕੇ ਤੁਸੀਂ ਸਟਰੋਂਗ ਹੋ। ਜਿਹੜਾ ਕਰਮਾਂ ਦਾ ਵਿਧਾਨ ਹੈ ਨਾ, ਉਹ ਭੁਗਤਣਾ ਹੀ ਪੈਣਾ। ਔਰ ਰਹੀ ਗੱਲ ਅਗਰ ਅਸੀਂ ਇਹਨੂੰ ਤਾਂਤਰਿਕ ਵਿੱਦਿਆ ਦੇ ਨਾਲ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਕੁਦਰਤ ਨਾਲ ਛੇੜਛਾੜ ਹੈ, ਅਤੇ ਕੁਦਰਤ ਕਹਿੰਦੀ ਹੈ ਫਿਰ ਤੂੰ ਮੈਨੂੰ ਛੇੜ ਰਿਹਾ ਅਤੇ ਫਿਰ ਹੋਰ ਚੱਲ ਕਰ। ਇਸ ਲਈ ਨਾ ਰੱਬ 'ਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਵੀਰ ਦਾ 87 ਦਾ ਬਰਥ ਹੈ ਨਾ ਵੀਰ, ਤੁਹਾਡਾ 87 ਦਾ ਬਰਥ ਹੈ, ਅਤੇ ਤੁਸੀਂ ਦੇਖੋ ਕਿ ਇਹ ਲਗਭਗ 35 ਸਾਲ ਦੇ ਨੇ, ਔਰ ਆਪਣੇ ਹੱਥੀਂ ਜਿਹੜੇ ਹੈਗੇ ਰੋਟੀਆਂ ਵਗੈਰਾ ਬਣਾ ਰਹੇ ਨੇ, ਟਿਫਨ ਦਾ ਕੰਮ ਕਰਦੇ ਆ, ਅਚਾਰ ਬੜਾ ਅੱਛਾ ਬਣਾਉਂਦੇ ਨੇ ਇਹ, ਨਿਟਿੰਗ ਕਰਦੇ ਨੇ ਆ, ਮਤਲਬ ਕੀ ਕੰਮ ਨੇ ਜੋ ਇਹ ਨੌਜਵਾਨ ਨਹੀਂ ਕਰਦਾ ਆਪਣੀ ਮਦਰ ਨੂੰ, ਕਿ ਉਹਨਾਂ ਨੂੰ ਸਕੂਨ ਮਿਲੇ, ਉਹਨਾਂ ਦੀ ਹੈਲਪ ਹੋਵੇ, ਉਹਨਾਂ ਨੂੰ ਘੱਟ ਤੋਂ ਘੱਟ ਕੰਮ ਕਰਨਾ ਪਵੇ। ਪਰ ਇੱਥੇ ਇੱਕ ਟੱਕਰਾ ਹੈ, ਮਾਂ ਕਹਿੰਦੀ ਵੀ ਮੇਰਾ ਪੁੱਤ ਨਾ ਜ਼ਿਆਦਾ ਔਖਾ ਹੋਵੇ, ਅਤੇ ਪੁੱਤ ਕਹਿੰਦਾ ਮੇਰੀ ਮਾਂ ਨਾ ਔਖੀ ਹੋਵੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਰਹਿਮਤ TV, ਮੈਂ ਹਾਂ ਤੁਹਾਡੇ ਨਾਲ ਆਕਾਂਕਸ਼ਾ। ਅੱਜ ਅਸੀਂ ਤੁਹਾਡੇ ਰੂਬਰੂ ਇੱਕ 72 ਸਾਲ ਦੇ ਬਜ਼ੁਰਗ ਮਹਿਲਾ ਦੀ ਕਹਾਣੀ ਲੈ ਕੇ ਆਏ ਹਾਂ, ਜੋ ਕਿ ਕੈਂਸਰ ਦੇ ਨਾਲ ਪੀੜਿਤ ਨੇ ਅਤੇ ਅੰਮ੍ਰਿਤਸਰ ਵਿਖੇ ਰਹਿੰਦੇ ਨੇ। ਕੈਂਸਰ ਬਹੁਤ ਕਾਮਨ ਹੋ ਗਿਆ ਸਾਡੇ ਸੁਸਾਇਟੀ ਦੇ ਵਿੱਚ, ਔਰ ਜੇ ਅਸੀਂ ਰਿਸਰਚ ਦੀ ਗੱਲ ਕਰੀਏ ਜਾਂ ਫਿਰ ਪੰਜਾਬ ਦੀ ਗੱਲ ਕਰੀਏ, ਤਾਂ ਪੰਜਾਬ ਦੇ ਵਿੱਚ ਹਰ 10 ਬੰਦਿਆਂ ਦੇ ਵਿੱਚੋਂ 6 ਬੰਦਿਆਂ ਨੂੰ ਜਿਹੜਾ ਹੈਗਾ ਕੈਂਸਰ ਡਾਇਗਨੋਸ ਹੋ ਰਿਹਾ ਹੈ, ਇੰਨਾ ਕਾਮਨ ਹੋ ਗਿਆ। ਪਰ ਉਸਨੂੰ ਮਾਤ ਕਿਵੇਂ ਦੇਣੀ ਹੈ? ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਲੋਕ ਨਾਮ ਲੈਣ ਤੋਂ ਵੀ ਗੁਰੇਜ਼ ਕਰਦੇ ਨੇ, ਉਸ ਤੋਂ ਘਬਰਾਉਂਦੇ ਨੇ। ਪਰ ਮੇਰੇ ਨਾਲ ਅੱਜ ਜੋ ਮੈਮ ਮੌਜੂਦ ਨੇ, ਮਿਸਿਸ ਭੁਪਿੰਦਰ ਕੌਰ ਜੀ, ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਤੇ ਕੈਂਸਰ ਨੂੰ ਕਿਸ ਤਰ੍ਹਾਂ ਟੱਕਰ ਦੇ ਰਹੇ ਨੇ, ਇਹਨਾਂ ਦੀ ਕਹਾਣੀ ਉਹਦੇ 'ਤੇ ਹੀ ਬੇਸਡ ਹੈ। ਆਂਟੀ ਦੀ ਸ਼ੌਪ ਹੈ, ਨਿਟਿੰਗ ਕਰਦੇ ਨੇ, ਸਵੈਟਰ ਵਗੈਰਾ ਬੁਣਦੇ ਨੇ, ਔਰ ਇਹਨਾਂ ਦੀ ਦਰਬਾਰ ਸਾਹਿਬ ਦੇ ਨਜ਼ਦੀਕ ਵੂਲ ਦੀ ਸ਼ੌਪ ਹੈ। ਔਰ ਘਰ ਦੇ ਜੇ ਅਸੀਂ ਹਾਲਾਤਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਘਰ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹੈਗੇ ਹਾਂ, ਘਰੇ ਬੈਠੇ ਹਾਂ, ਘਰ ਦੇ ਵਿੱਚ ਮਾਂ ਪੁੱਤੀ ਹੈ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇੱਕ ਵੀਰ ਹੈ, ਉਹ ਆਪਣੇ ਕਿਚਨ ਦੇ ਵਿੱਚ ਕੰਮ ਕਰ ਰਹੇ ਨੇ। ਇਹ ਭੁਪਿੰਦਰ ਆਂਟੀ ਦੇ ਬੇਟੇ ਹੈ, ਔਰ ਇਹਨਾਂ ਦੇ ਜਿਹੜੇ ਪਤੀ ਹੈ ਉਹ ਅੱਜ ਤੋਂ ਲਗਭਗ 23 ਸਾਲ ਪਹਿਲਾਂ ਦਿਮਾਗੀ ਬਿਮਾਰੀ ਹੋਣ ਦੇ ਕਾਰਨ ਜਿਹੜਾ ਹੈਗਾ ਉਹ ਗੁਜ਼ਰ ਗਏ ਸੀਗੇ। ਪਰ ਘਰ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਆਂਟੀ ਨੇ ਸਾਂਭੀ, ਦੁਕਾਨ ਵੀ ਆਂਟੀ ਨੇ ਸਾਂਭੀ, ਔਰ ਅੱਜ ਕੈਂਸਰ ਦੇ ਨਾਲ ਪੀੜਿਤ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਹੌਸਲਾ ਨਹੀਂ ਹਾਰਿਆ, ਹੌਸਲਾ ਨਹੀਂ ਛੱਡਿਆ, ਬਲਕਿ ਚਟਾਨ ਵਾਂਗ ਜਿਹੜਾ ਹੈਗਾ ਇਹ ਲੜ ਰਹੇ ਨੇ। ਸਤਿ ਸ਼੍ਰੀ ਅਕਾਲ ਆਂਟੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੋ ਜੀ? ਠੀਕ ਜੀ। ਓਕੇ। ਅੱਛਾ ਆਂਟੀ, ਤੁਸੀਂ ਸਵੈਟਰ ਦੀ ਬੁਣਾਈ ਕਰਦੇ ਹੋ ਔਰ ਕਾਫੀ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਸਵੈਟਰ ਨਿਟਿੰਗ ਦਾ, ਅਤੇ ਤੁਸੀਂ ਮੈਨੂੰ ਇਹ ਦੱਸੋ ਵੀ ਥੋੜ੍ਹਾ ਜਿਹਾ ਫੈਮਿਲੀ ਦੇ ਬਾਰੇ ਦੱਸੋ ਤੁਸੀਂ, ਕਿ ਕਿੰਨੇ ਸਾਲਾਂ ਤੋਂ ਜਿਹੜਾ ਤੁਹਾਡਾ ਕੰਮ ਹੈ ਇਹ ਵੂਲ ਦਾ ਕਹਿ ਲਈਏ ਜਾਂ ਫਿਰ ਸਵੈਟਰ ਨੀਟਿੰਗ ਦਾ, ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਤੁਸੀਂ? ਮੇਰਾ ਇਹ ਮਤਲਬ ਫੈਮਿਲੀ ਬਿਜ਼ਨਸ ਹੈਗਾ, ਸਾਰੇ ਮੇਰੇ ਪਰਿਵਾਰ ਵਾਲੇ ਇਹੀ ਬਿਜ਼ਨਸ ਕਰਦੇ ਹੈ, ਔਰ 50 ਸਾਲ ਤੋਂ ਆਪਾਂ ਇਸ ਕੰਮ ਨਾਲ ਜੁੜੇ ਹੋਏ ਹਾਂ। 48 ਸਾਲ ਮੇਰੀ ਸ਼ਾਦੀ ਨੂੰ ਹੋ ਗਏ, ਔਰ ਮੈਂ ਉਦੋਂ ਦੀ ਜੁੜੀ ਹੋਈ ਹਾਂ। ਦੁਕਾਨ 'ਤੇ ਬੈਠਣਾ, ਦੁਕਾਨ 'ਤੇ ਨਿਟਿੰਗ ਕਰਨੀ, ਦੁਕਾਨ ਦੇ ਔਡਰਸ ਲੈਣੇ, ਦੁਕਾਨ ਦੇ ਔਡਰਸ ਭੁਗਤਾਨੇ, ਉਹ ਕੰਮ ਕਰ ਰਹੀ ਹਾਂ। ਹਸਬੈਂਡ ਦੇ ਨਾਲ ਵੀ ਕਰਦੀ ਸਾਂ, ਹਸਬੈਂਡ ਤੋਂ ਬਾਅਦ ਵੀ ਕਰ ਰਹੀ ਹਾਂ। ਤੁਸੀਂ, ਅਸੀਂ ਦੇਖ ਰਹੇ ਕਿ ਤੁਹਾਡੇ ਜੋ ਬੇਟੇ ਹੈ, ਤੁਹਾਡੇ ਬੇਟੇ ਬਹੁਤ ਜ਼ਿਆਦਾ ਮਿਹਨਤੀ ਨੇ, ਔਰ ਤੁਹਾਡਾ ਉਹ ਇਸ ਤਰ੍ਹਾਂ ਸਾਥ ਦਿੰਦੇ ਨੇ ਜਿਵੇਂ ਇੱਕ ਧੀ ਹੁੰਦੀ ਹੈ, ਧੀ ਦੀ ਤਰ੍ਹਾਂ ਵੀ ਖੜ੍ਹੇ ਨੇ।
ਜਿੱਥੇ ਬੇਟੀ ਦੀ ਲੋੜ ਆ ਉੱਥੇ ਬੇਟੇ ਦੀ ਤਰ੍ਹਾਂ ਵੀ ਖੜੇ ਨੇ, ਹੈ ਨਾ। ਔਰ ਇੱਕ ਇਸ ਤਰ੍ਹਾਂ ਦੀ ਵਾਈਫ ਵੀ ਆਉਂਦੀ ਹੈ ਜਿਵੇਂ ਘਰ ਦੇ ਮੁਖੀ ਨੇ, ਇਹ ਘਰ ਦੇ ਮੁਖੀ ਵਾਲੀ ਵੀ ਇੱਕ ਵਾਈਫ ਆਉਂਦੀ ਕਿ ਹਾਂ ਵੀ ਮੈਂ ਘਰ ਦੇ ਵਿੱਚ ਮੈਂ ਵੱਡਾ, ਉਹ ਵੀ ਜਿਹੜੀ ਇੱਕ ਜਗ੍ਹਾ ਆ ਉਹਦੇ ਵੀ ਇਹ ਖਰੇ ਉਤਰਦੇ ਆ। ਮਤਲਬ ਇੱਕ ਬੰਦਾ ਇੰਨੀ ਸਾਰੀ ਜ਼ਿੰਮੇਵਾਰੀਆਂ ਨਿਭਾ ਰਿਹਾ, ਔਰ ਤੁਹਾਡੇ ਬੇਟੇ ਦਾ ਇੰਨਾ ਸੰਸੀਅਰ ਹੋਣਾ, ਤੁਸੀਂ ਦੱਸਿਆ ਵੀ ਇਹ ਟਿਫਨ ਬਣਾਉਂਦੇ ਨੇ, ਨਾਲ ਨਾਲ ਇਹ ਅਚਾਰ ਵੀ ਪਾਉਂਦੇ ਨੇ, ਔਰ ਤੁਹਾਡੇ ਨਾਲ ਨਿਟਿੰਗ ਵੀ ਕਰਾਉਂਦੇ ਨੇ। ਮਤਲਬ ਇੰਨੀ ਯੰਗ ਏਜ ਦੇ ਵਿੱਚ, ਹਜੇ ਇਹਨਾਂ ਦੀ ਯੰਗ ਏਜ ਹੀ ਹੈ, ਹੈ ਨਾ, ਤਾਂ ਇੰਨਾ ਸੰਸੀਅਰ ਹੋਣਾ ਇਹ ਕਿਵੇਂ ਸਬੱਬ ਹੋਇਆ? ਇਹ ਸਬੱਬ ਨੂੰ ਮੈਂ ਤਾਂ ਪਰਮੇਸ਼ੁਰ ਦੀ ਦਾਤ ਮੰਗਦੀ ਪਈ ਹਾਂ। ਮੇਰਾ ਜਿਹੜਾ ਮਨ ਦੀ ਆਵਾਜ਼ ਹੈਗੀ ਹੈ ਕਿ ਇਹ ਸਭ ਕੁਛ ਪਰਮੇਸ਼ੁਰ ਕਰਵਾ ਦਾ ਉਹਦੇ ਕੋਲੋਂ। ਹਾਲਾਤ ਹੋ ਹੀ ਜਾਂਦੇ ਨੇ, ਹਾਲਾਤ ਤਾਂ ਬੰਦੇ ਨੂੰ ਬਹੁਤ ਕੁਛ ਕਰਵਾ ਦਿੰਦੇ ਨੇ। ਉਸ ਤੋਂ ਪਹਿਲੇ ਪਰਮੇਸ਼ੁਰ ਨੇ ਉਹਨੂੰ ਇਹ ਦਾਤ ਦੇ ਦਿੱਤੀ ਕਿ ਉਹਨੇ ਕਾਰ ਨੂੰ ਔਰ ਮੈਨੂੰ ਸੰਭਾਲ ਰਿਹਾ। ਇਹ ਕੁਦਰਤ ਵੱਲੋਂ ਵੀ ਮਿਲ ਰਿਹਾ, ਹਾਲਾਤ ਵੀ ਕਰਵਾ ਰਹੇ ਨੇ ਉਹਦੇ ਤੋਂ, ਔਰ ਉਹ ਕਰ ਰਿਹਾ। ਤੁਹਾਡੇ ਬੇਟੇ ਦੱਸ ਰਹੇ ਸੀ ਸਾਨੂੰ ਕਿ ਤੁਹਾਨੂੰ 2020 ਦੇ ਵਿੱਚ ਜਾਂ 22 ਦੇ ਵਿੱਚ, ਤੁਹਾਨੂੰ 22 ਦੇ ਵਿੱਚ ਕੈਂਸਰ, ਵਿੱਚ ਵਿੱਚ 2020 ਦੇ ਵਿੱਚ, 22 ਚ ਹੋਇਆ ਨਾ ਬੇਟਾ, 24 ਹੈ ਨਾ, ਹਾਂਜੀ 22 ਚ ਹੋਇਆ ਸੀ ਨਾ ਮੈਨੂੰ ਪ੍ਰੋਬਲਮ ਕ੍ਰੀਏਟ। 2022 ਦੇ ਵਿੱਚ ਤੁਹਾਨੂੰ ਪ੍ਰੋਬਲਮ ਹੋਈ ਹੈ ਕੈਂਸਰ ਦੀ, ਤੇ ਤੁਹਾਨੂੰ ਇਹਨਾਂ ਨੇ 1.5 ਸਾਲ ਤੁਹਾਡੇ ਬੇਟੇ ਨੇ ਡਿਸਕਲੋਜ਼ ਨਹੀਂ ਕੀਤਾ। ਹਾਲਾਂਕਿ ਘਰ ਦੇ ਵਿੱਚ ਹੋਰ ਕੋਈ ਮੈਂਬਰ ਹੈ ਨਹੀਂ, ਪਿਤਾ ਜੀ ਹੈ ਨਹੀਂ, ਸਿਸਟਰ ਵਿਆਹੀ ਹੋਈ ਆਪਣੇ ਘਰੇ, ਹੈ ਨਾ, ਹੋਰ ਕੋਈ ਵੀ ਇਹੋ ਜਿਹਾ ਸ਼ਖਸ ਨਹੀਂ ਹੈ ਵੀ ਜਿਸ ਦੇ ਨਾਲ ਇਹ ਗੱਲ ਸ਼ੇਅਰ ਕਰ ਸਕਦੇ। ਔਰ ਇਹਨਾਂ ਨੇ ਤੁਹਾਨੂੰ ਹੀ ਨਹੀਂ ਦੱਸਿਆ ਕਿ ਮੰਮਾ ਤੁਸੀਂ ਇਸ ਬਿਮਾਰੀ ਦੇ ਨਾਲ ਪੀੜਿਤ ਹੋ, ਔਰ ਤੁਹਾਨੂੰ ਪਤਾ ਲੱਗਦਾ ਡਾਕਟਰ ਤੋਂ? ਮੇਰੇ ਰਿਸ਼ਤਿਆਂ ਨੂੰ ਪਤਾ ਸੀ, ਸਭ ਰਿਸ਼ਤਿਆਂ ਨੇ ਬਸ ਇੱਕੋ ਹੀ ਮੈਨੂੰ ਗੱਲ ਕਹਿਣੀ ਕਿ ਆਪਣੀ ਵਿਲ ਪਾਵਰ ਰੱਖੋ, ਸਭ ਕੁਛ ਠੀਕ ਹੋ ਜਾਏਗਾ, ਬਾਬੀ ਤੁਸੀਂ ਤਾਂ ਸ਼ੇਰ ਦਿਲ ਲੱਗੇ ਹੋ। ਔਰ ਉਹਦੇ ਨਾਲ ਨਾਲ ਇਹਨੇ ਵੀ ਮੈਨੂੰ ਸਟਰੋਂਗ ਕਰ ਦਿੱਤਾ, ਸਮਝਾ ਕੇ ਜਾਂ ਕੁਛ ਸਮਝ ਕੇ, ਦੂਸਰਿਆਂ ਕੋਲੋਂ ਸਮਝ ਕੇ ਜਾਂ ਡਾਕਟਰ ਦੀ ਗੱਲ ਸਮਝ ਕੇ ਇਹਨੇ ਮੈਨੂੰ ਸਟਰੋਂਗ ਕਰ ਦਿੱਤਾ, ਔਰ ਖੁਦ ਵੀ ਸਟਰੋਂਗ ਹੋ ਗਿਆ ਇਸ ਬਾਰੇ 'ਚ ਕਿ ਮੰਮਾ ਜਿੰਨਾ ਜੀਣਾ ਹੱਸ ਕੇ ਜੀਣਾ, ਮਰ ਕੇ ਨਹੀਂ ਜੀਣਾ। ਅੱਛਾ ਆਂਟੀ, ਜੇ ਆਪਾਂ ਤੁਹਾਡੇ ਬਿਜ਼ਨਸ ਦੀ ਗੱਲ ਕਰੀਏ ਤਾਂ ਤੁਹਾਡਾ ਜਿਹੜਾ ਕੰਮ ਕਾਰ ਹੈ ਉਹ ਕਿਸ ਤਰ੍ਹਾਂ ਚੱਲਦਾ ਹੈਗਾ? ਠੀਕ, ਹੈਂਡ ਟੂ ਮਾਊਥ, ਹੈਂਡ ਟੂ ਮਾਊਥ। ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਹਸਬੈਂਡ ਨੂੰ ਸੈਟਬੈਕ ਲੱਗਿਆ ਸੀਗਾ ਜਦੋਂ ਉਹਨਾਂ ਦੇ ਦਿਮਾਗ 'ਤੇ ਬੋਝ ਪੈ ਗਿਆ ਸੀਗਾ ਉਦੋਂ 84 ਵੇਲੇ, 1984 ਵੇਲੇ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ, ਤਾਂ ਉਦੋਂ ਗੋਲਾਬਾਰੀ ਦੇ ਵਿੱਚ ਤੁਹਾਡੀ ਦੁਕਾਨ ਨੂੰ ਵੀ ਅੱਗ ਲੱਗ ਗਈ ਸੀ, ਹੈ ਨਾ, ਸੜ ਗਈ ਸੀ ਦੁਕਾਨ ਤੁਹਾਡੀ, ਤਾਂ ਸਰਕਾਰ ਵੱਲੋਂ ਤੁਹਾਨੂੰ ਜਿਹੜੀ ਦੁਕਾਨ ਆ ਉਹ ਕਿਸੇ ਇਹੋ ਜਿਹੀ ਜਗ੍ਹਾ 'ਤੇ ਦਿੱਤੀ ਗਈ ਜਿੱਥੇ ਕੋਈ ਬਹੁਤੀ ਆਬਾਦੀ ਨਹੀਂ ਸੀ, ਵਸੋਂ ਨਹੀਂ ਸੀ, ਆਉਣਾ ਜਾਣਾ ਨਹੀਂ ਸੀ ਲੋਕਾਂ ਦਾ, ਤਾਂ ਉਹ ਤੁਹਾਡੇ ਹਸਬੈਂਡ ਨੂੰ ਐਂ ਹੋਗਾ ਵੀ ਪਤਾ ਨਹੀਂ ਬਿਜ਼ਨਸ ਚੱਲੂਗਾ ਨਹੀਂ ਚੱਲੂਗਾ, ਕੀ ਬਣੂਗਾ, ਤਾਂ ਇਸੇ ਗੱਲ ਦਾ ਉਹਨਾਂ ਨੂੰ ਸੈਟਬੈਕ ਲੱਗ ਗਿਆ ਔਰ ਇਸੇ ਗਮ 'ਚ ਉਹ ਚਲੇ ਗਏ, ਹੈ ਨਾ ਜੀ। ਤਾਂ ਉਹ ਕਿੱਸਾ ਮੈਂ ਜਾਣਨਾ ਚਾਹੁੰਦੀ ਵੀ ਥੋੜ੍ਹਾ ਡਿਟੇਲ ਦੇ ਵਿੱਚ ਦੱਸੋ ਕਿ ਉਹ ਸਾਰੀ ਕੀ ਕਹਾਣੀ ਸੀ। ਬਸ ਉਹਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਸੀ ਕਿ ਇੱਥੇ ਕੰਮ ਨਹੀਂ ਚੱਲੇਗਾ, ਮੈਂ ਉਸੇ ਹੀ ਜਗ੍ਹਾ 'ਤੇ ਜਾ ਕੇ ਆਪਣੀ ਕੋਈ ਇੱਕ ਦੁਕਾਨ ਲੈ ਕੇ ਉੱਥੇ ਹੀ ਕੰਮ ਕਰਾਂਗਾ, ਲੇਕਿਨ ਉੱਥੇ ਵੀ ਇਹਨਾਂ ਨੂੰ ਕਾਮਯਾਬੀ ਨਹੀਂ ਸੀ ਮਿਲ ਰਹੀ ਕਿਉਂਕਿ ਉਹ ਆਪਣਾ ਮਨ ਔਰ ਦਿਮਾਗ ਨਹੀਂ ਸੀ ਲਗਾ ਪਾ ਰਹੇ। ਪੁਰਾਣੀ ਸ਼ੋਪ ਆਂਟੀ ਜੀ ਕਿੱਥੇ ਸੀ ਐਗਜੈਕਟ, ਇਹ ਤੁਸੀਂ ਦੱਸ? ਦਰਬਾਰ ਸਾਹਿਬ ਦੇ ਨਾਲ ਪਹਿਲੇ ਸੀ ਨਾ, ਫਿਰ ਜਦੋਂ ਗੌਰਮੈਂਟ ਨੇ ਅਲਾਟ ਕੀਤੀਆਂ ਤੇ ਸਾਨੂੰ ਸੁਲਤਾਨ ਦਰਬਾਰ ਸਾਹਿਬ ਦੇ ਜਿਵੇਂ ਬਹੁਤ ਸਾਰੇ ਗੇਟ ਨੇ, ਹੈ ਨਾ, ਐਂਟਰੀ ਐਂਟਰੀ ਵਾਲੇ ਪਾਸੇ ਸੀ, ਆਟਾ ਮੰਡੀ ਵਾਲੇ, ਪਾਪੜਾਂ ਵਾਲੇ ਬਾਜ਼ਾਰ ਵਾਲੀ ਸਾਈਡ 'ਤੇ ਸਾਡੀ ਸ਼ੋਪ ਹੁੰਦੀ ਸੀ, ਗੌਰਮੈਂਟ ਨੇ ਅਲਾਟ ਕੀਤੀ ਅਤੇ ਸਾਨੂੰ ਆਪਣਾ ਬੱਸ ਸਟੈਂਡ ਦੇ ਕੋਲ ਰਾਮਬਾਗ ਮਿਲੀ ਸੀ। ਲੇਕਿਨ ਕਿੰਨੇ ਸਾਲ ਹੋ ਗਏ ਸੀ ਸ਼ੋਪ 84 ਖੋਲੀ ਹੋਣੀ? ਉਹ ਸਿਰਫ ਬਣਾਈ ਸੀ ਲੇਕਿਨ ਖੋਲੀ ਨਹੀਂ, ਜਾਂਦੇ ਸੀ
ਦੋ ਚਾਰ ਵਾਰੀ ਸਮਾਨ ਲੈ ਕੇ ਜਾਂਦੇ। ਆਂਟੀ ਮੈਂ ਜੋ ਦਰਬਾਰ ਸਾਹਿਬ ਤੁਹਾਡੀ ਸੀਗੀ ਦੁਕਾਨ ਜੋ ਸੜ ਗਈ ਸੀ ਉਹਦੇ ਬਾਰੇ ਮੈਂ ਪੁੱਛ ਰਹੀ ਕਿ ਉਹ ਕਿੰਨੇ ਸਾਲ ਤੋਂ ਸੀ ਤੁਹਾਡੀ ਦੁਕਾਨ ਉੱਥੇ? ਉੱਥੇ ਕੋਈ 6-7 ਸਾਲ ਰਹੀ ਹੈ। ਪਹਿਲੇ ਆਟਾ ਮੰਡੀ ਹੁੰਦੀ ਸੀ, ਪਹਿਲੇ ਆਟਾ ਮੰਡੀ ਤੋਂ ਸ਼ਿਫਟ ਹੋ ਕੇ ਉਹ ਗਲਿਆਰੇ ਵਾਲੀ ਜਗ੍ਹਾ 'ਤੇ ਗਏ। ਪਹਿਲੇ ਦੁਕਾਨ ਆਟਾ ਮੰਡੀ ਹੁੰਦੀ ਸੀ, ਕੋਲ ਹੀ ਸੀ, ਫਿਰ ਉਹਨਾਂ ਨੇ ਉਹ ਲੈ ਲਈ। ਉਸ ਤੋਂ ਬਲਿਊ ਸਟਾਰ ਤੋਂ ਬਾਅਦ ਫਿਰ ਸਾਰੀਆਂ ਦੁਕਾਨਾਂ ਬਿਖਰ ਗਈਆਂ ਉੱਥੋਂ, ਉਹ ਸਾਨੂੰ ਉੱਥੇ ਮਿਲੀ ਸੀ। ਅੱਜ ਤੁਹਾਡੀ ਦੁਕਾਨ ਕਿੱਥੇ ਹੈ? ਅੱਜ ਦੁਕਾਨ ਵੀ ਸਵਾਂਗ ਮੰਡੀ ਨਮਕ ਮੰਡੀ ਦੇ ਕੋਲ ਹੈ, ਦਰਬਾਰ ਸਾਹਿਬ ਦੇ ਏਰੀਏ 'ਚ ਹੀ ਪੈਂਦੀ ਹੈ। ਪਹਿਲਾਂ ਜਿਵੇਂ ਬਿਲਕੁਲ ਹੀ ਤੁਸੀਂ ਉਹਨਾਂ ਦੇ ਚਰਨਾਂ 'ਚ ਸੀਗੇ ਅਤੇ ਉਸ ਚੀਜ਼ ਦਾ ਇੱਕ ਸੈਟਬੈਕ ਪਰਿਵਾਰ ਨੂੰ ਲੱਗਿਆ। ਜ਼ਰੂਰੀ ਗੱਲ, ਇੱਕ ਕੰਮ ਚੱਲਦਾ ਹੋਵੇ, ਇੱਕ ਕੰਮ ਨੂੰ ਚਲਾਉਣਾ ਹੈ, ਫਰਕ ਤੇ ਪੈਂਦਾ। ਕਿਹਾ ਕਿ ਅੰਕਲ ਬੈਠ ਗਏ ਸੀ ਘਰੇ ਬਿਲਕੁਲ ਹੀ, ਤਾਂ ਫਿਰ ਤੁਸੀਂ ਮਤਲਬ ਹੌਸਲਾ ਕਰਕੇ ਤੁਸੀਂ ਨਿਕਲੇ ਘਰੋਂ ਵੀ ਮੈਂ ਕੰਮ ਕਰੂੰਗੀ, ਘਰ ਤਾਂ ਚਲਾਉਣਾ ਹੀ ਹੈ, ਬੱਚੇ ਤਾਂ ਪਾਲਣੇ। ਬਿਲਕੁਲ ਬਿਲਕੁਲ, ਅਗਰ ਮੈਂ ਜਾਵਾਂਗੀ ਤਾਂ ਤੁਸੀਂ ਮੇਰੇ ਪਿੱਛੇ ਜ਼ਰੂਰ ਆਓਗੇ ਫਿਰ, ਕਿਉਂਕਿ ਬੱਚੇ ਛੋਟੇ ਸੀ ਉਸ ਤੋਂ ਮੇਰੇ। ਲੇਕਿਨ ਪਤਾ ਨਹੀਂ ਉਹਨਾਂ ਨੇ ਮਨ ਨੂੰ ਕਿਸ ਤਰ੍ਹਾਂ ਲਗਾ ਲਈ, ਕੁਛ ਓਪਨ ਨਹੀਂ ਸੀ ਕਰਦੇ ਗੱਲ, ਲੇਕਿਨ ਉਹਨਾਂ ਦੀ ਗੱਲ ਨੂੰ ਮੈਂ ਸਮਝਦੀ ਜ਼ਰੂਰ ਸੀ ਕਿ ਇਹਨਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਹੈ, ਬੋਲ ਨਹੀਂ ਪਾ ਰਹੇ ਹੈ। ਉਹਨਾਂ ਨੂੰ ਇਹ ਲੱਗਦਾ ਸੀ ਕਿ ਮੈਂ ਉਹ ਗਲਤੀ ਕੀਤੀ ਹੈ ਜਿਹੜੀ ਉਹ ਦੁਕਾਨ ਦੇ ਕੇ ਮੈਂ ਇਹ ਦੁਕਾਨ 'ਤੇ ਆ ਗਈ ਹਾਂ। ਬਸ ਉੱਥੋਂ ਫਿਰ ਉਹ ਉੱਠੇ ਨਹੀਂ। ਔਰ ਹੁਣ ਤੱਕ ਜਿਹੜਾ ਹੈਗਾ ਤੁਸੀਂ ਸੰਘਰਸ਼ ਕਰਕੇ ਘਰ ਨੂੰ ਇੱਥੋਂ ਤੱਕ ਲੈ ਕੇ ਆਏ ਜੀ। ਆਪਣੇ ਬੇਟੇ ਬਾਰੇ ਕੀ ਕਹੋਗੇ ਤੁਸੀਂ, ਜੇ ਕਿਉਂਕਿ ਜੇ ਮਾਂ ਆਪਣੇ ਬੇਟੇ ਬਾਰੇ ਕੁਛ ਕਹਿਣਾ ਚਾਹੁੰਦੀ ਹੋਵੇ, ਮੈਨੂੰ ਲੱਗਦਾ ਹੈ ਸ਼ਬਦ ਘੱਟ ਪੈ ਜਾਣ। ਮਾਂ ਨੂੰ ਇੰਨੇ ਪਿਆਰੇ ਹੁੰਦੇ ਨੇ ਬੱਚੇ, ਔਰ ਇਹੋ ਜਿਹਾ ਬੱਚਾ ਜਿਸਨੇ ਆਪਣੀ ਜ਼ਿੰਦਗੀ ਸਟੇਕ 'ਤੇ ਲਗਾਈ ਹੋਈ ਹੈ, ਉਹ ਤੁਸੀਂ ਦੱਸਿਆ ਕਿ ਕੋਈ ਸ਼ਾਦੀ ਬਾਰੇ ਨਹੀਂ ਸੋਚਦੇ ਹੈਗੇ ਇਹ, ਔਰ ਸਾਰਾ ਜਿਹੜਾ ਜੀਵਨ ਹੈ ਤੁਹਾਨੂੰ ਹੀ ਸਮਰਪਿਤ ਕੀਤਾ ਹੋਇਆ ਵੀ ਜੀ। ਬਿਲਕੁਲ ਨਹੀਂ ਸੋਚਦਾ ਆਪਣੇ ਬਾਰੇ, ਲੇਕਿਨ ਮੈਨੂੰ ਇਹਦੇ ਬਾਰੇ 'ਚ ਸੋਚ ਬਹੁਤ ਹੈ ਕਿ ਪਰਮੇਸ਼ਰ ਦਾ ਕੰਮ ਜੋ ਸਾਡੇ ਮਨ 'ਚ ਹੈਗਾ, ਮੇਰੇ ਮਨ 'ਚ ਖਾਸ ਤੌਰ 'ਤੇ ਮਾਂ ਦੇ ਮਨ 'ਚ ਹੁੰਦਾ ਵਾ, ਉਹ ਪੂਰਾ ਕਰ ਦੇਵੇ ਪਰਮੇਸ਼ਰ, ਅਤੇ ਬਾਕੀ ਆਪਾਂ ਤਾਂ ਰੱਬ ਦੀ ਅਮਾਨਤ ਹੈਗੇ ਹਾਂ। ਤੁਸੀਂ ਅਮਨਦੀਪ ਵੀਰ ਵਾਸਤੇ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਜੇ ਮੈਂ ਕਹਾਂ ਕਿ ਆਂਟੀ ਤੁਸੀਂ ਕੋਈ ਇੱਕ ਉਹਨਾਂ ਦੇ ਵਾਸਤੇ ਲਾਈਨ ਜਾਂ ਇੱਕ ਸ਼ਬਦ ਤੁਸੀਂ ਬੋਲਣਾ ਚਾਹੁੰਦੇ ਹੋ ਤੁਹਾਡੇ ਮਨ ਦੇ ਵਿੱਚ ਹੋਵੇ ਵੀ ਮੈਂ ਇਹ ਬੱਚੇ ਨੂੰ ਬੋਲਣਾ ਚਾਹੁੰਦੀ ਔਰ ਪਹਿਲਾਂ ਕਦੇ ਵੀ ਨਹੀਂ ਬੋਲੀ, ਤਾਂ ਉਹ ਕੀ ਸ਼ਬਦ ਹੋਣਗੇ? ਉਹ ਸ਼ਾਇਦ ਜੋ ਮਾਂ ਨੂੰ ਦੇਣਾ ਚਾਹੀਦਾ ਸੀ ਉਹ ਮਾਂ ਦੇ ਨਹੀਂ ਪਾ ਰਹੀ ਆਪਣੇ ਬੱਚੇ ਨੂੰ, ਮਜਬੂਰੀ ਹੈ ਕਿ ਉਹ ਜੋ ਚਾਹੁੰਦੀ ਉਹ ਦੇ ਨਹੀਂ ਪਾ ਰਹੀ ਹਾਲੇ। ਦੇ ਦੇਵਾਂ ਕੁਛ ਅਸੀਸਾਂ, ਦੇ ਦੇਵਾਂ ਅਸੀਸਾਂ ਲੱਗ ਜਾਣਗੀਆਂ, ਅਸੀਸਾਂ ਬਹੁਤ ਇੰਨੀਆਂ ਇਸ ਨੂੰ। ਬਸ ਹੋਰ ਨਹੀਂ ਕੁਛ ਕਹਿਣਾ ਚਾਹੁੰਦੀ। ਆਂਟੀ ਤੁਸੀਂ ਰਹੋ ਨਾ, ਤੁਸੀਂ ਦੇਖੋ ਕਿੰਨੇ ਸਟਰੋਂਗ ਹੋ, ਇੰਨੇ ਸਟਰੋਂਗਲੀ ਤੁਸੀਂ, ਤੁਹਾਨੂੰ ਨਾ ਮਿਲ ਕੇ ਮੈਨੂੰ ਵੀ ਬਹੁਤ ਜ਼ਿਆਦਾ ਇੰਸਪੀਰੇਸ਼ਨ ਮਿਲੀ ਹੈ, ਕੰਮ ਕਰਨ ਦਾ ਜਜ਼ਬਾ ਜਿਹੜਾ ਹੈਗਾ ਜਾਗਿਆ ਹੋਰ ਵੀ, ਹੈ ਨਾ। ਅਸੀਂ ਦੇਖੋ ਇੰਨੇ ਦੂਰੋਂ ਆਏ ਹਾਂ ਤੁਹਾਨੂੰ ਮਿਲਣ ਵਾਸਤੇ, ਮੇਰਾ ਘਰ ਇੱਥੋਂ 200 ਕਿਲੋਮੀਟਰ ਦੂਰ ਹੈ ਲਗਭਗ, ਪਰ ਤੁਹਾਡੇ 'ਚ ਕੋਈ ਤਾਂ ਗੱਲ ਹੋਊ ਜਿਹੜੀ ਸਾਨੂੰ ਇੱਥੇ ਖਿੱਚ ਲਿਆਈ ਹੈ। ਮੈਂ ਨਹੀਂ ਜਾਣਦੀ, ਲੇਕਿਨ ਬੱਚੇ ਵਾਸਤੇ ਅਗਰ ਤੁਸੀਂ ਮੇਰੇ ਨਾਲ ਕੁਐਸਚਨ ਕੀਤਾ ਤਾਂ ਮੈਂ ਕਹਾਂਗੀ ਮੈਨੂੰ ਖੁਸ਼ੀ ਹੈ ਕਿ ਮੈਂ ਬੱਚੇ ਨੂੰ ਜੋ ਇਹਨੂੰ ਚਾਹੀਦਾ ਜ਼ਿੰਦਗੀ ਵਿੱਚ ਮਾਂ ਬਾਪ ਕੋਲੋਂ ਜਾਂ ਪਰਿਵਾਰ ਵੱਲੋਂ, ਉਹ ਇਹਨੂੰ ਜ਼ਰੂਰ ਮਿਲ ਜਾਏ ਅਤੇ ਮੈਂ ਸ਼ਾਂਤੀ ਨਾਲ ਰਹਾਂਗੀ। ਬਸ ਤੁਹਾਨੂੰ ਕਿਤੇ ਨਾ ਕਿਤੇ ਇਹ ਸੋਚ ਲੱਗਦੀ ਰਹਿੰਦੀ ਕਿ ਮੈਂ ਇੰਨੀ ਬਿਮਾਰੀ ਦੇ ਨਾਲ ਗ੍ਰਸਤ ਹਾਂ? ਤੁਸੀਂ ਬਿਮਾਰੀ ਤੋਂ ਨਹੀਂ ਡਰਦੇ? ਜਿੱਦਾਂ ਮੈਂ ਜਿੰਨੀ ਕੁ ਗੱਲ ਤੁਹਾਡੇ ਨਾਲ ਕੀਤੀ ਹੈ, ਤੁਸੀਂ ਬਿਮਾਰੀ ਤੋਂ ਨਹੀਂ ਡਰਦੇ ਹੈਗੇ? ਇੱਦਾਂ ਬਾਰੇ 'ਚ ਜ਼ਿਆਦਾ ਸੋਚਦੀ ਹਾਂ, ਪਰ ਤੁਹਾਨੂੰ ਇਹ ਹੈ ਕਿ ਮੇਰਾ ਬੱਚਾ ਜਿਹੜਾ ਹੈਗਾ, ਜੇ ਜਦੋਂ ਜੇ ਮੈਂ ਇਸ ਦੁਨੀਆਂ 'ਤੇ ਚਲੇ ਜਾਂਦੀ ਤਾਂ ਮੇਰਾ ਬੱਚਾ ਇਕੱਲਾ ਰਹਿ ਜੂਗਾ।
ਇਸ ਗੱਲ ਕਰਕੇ ਜੇ ਤੁਹਾਡੀ ਅੱਖਾਂ ਚ ਹੰਝੂ ਹੈ ਉਹ ਵੀ ਇਸ ਗੱਲ ਕਰਕੇ। ਮੈਂ ਕੈਂਸਰ ਦੇ ਉੱਪਰ ਕਦੋਂ ਦੀ ਗੱਲ ਕਰ ਰਹੀ ਹਾਂ, ਤੁਹਾਡੀ ਅੱਖਾਂ ਚ ਹੰਝੂ ਨਹੀਂ ਆਇਆ, ਪਰ ਜਦੋਂ ਮੈਂ ਤੁਹਾਡੇ ਪੁੱਤ ਦੀ ਗੱਲ ਕੀਤੀ ਔਰ ਤੁਸੀਂ ਕੀ ਸੋਚਦੇ ਹੋ ਤਾਂ ਮਾਂ ਦਾ ਜਿਹੜਾ ਦਿਲ ਹੈ ਉਹ ਫੁੱਟ ਪਿਆ। ਬਸ ਇਹ ਚਾਹੁੰਦੀ ਹਾਂ ਕਿ ਜੋ ਮਾਂ ਹਾਲ ਤੱਕ ਨਹੀਂ ਦੇ ਸਕੀ ਇਹਨੂੰ, ਮਾਂ ਦੇ ਵਜ਼ੂਦ ਨਾਲ ਮੈਨੂੰ ਦੇ ਵੀ ਸਕਾਂ ਔਰ ਖੁਸ਼ ਰਹੇ, ਮੈਨੂੰ ਹਿੰਮਤ ਦੇਵੇ, ਮੇਰੇ ਤੋਂ ਹਿੰਮਤ ਲਵੇ। ਬਸ ਤੁਸੀਂ ਦੇਖ ਸਕਦੇ ਹੋ ਕਿ ਵੀਰ ਕਿਚਨ ਦੇ ਵਿੱਚ ਬਿਜ਼ੀ ਨੇ, ਮੈਂ ਉਹਨਾਂ ਨੂੰ ਨਹੀਂ ਕਹੂੰਗੀ ਕਿ ਤੁਸੀਂ ਇੱਥੇ ਆ ਕੇ ਮੇਰੇ ਨਾਲ ਗੱਲ ਕਰੋ, ਇਨਫੈਕਟ ਮੈਂ ਹੀ ਉਹਨਾਂ ਕੋਲ ਜਾ ਕੇ ਗੱਲ ਕਰਦੀ ਹਾਂ, ਕਿਉਂਕਿ ਉਹ ਟਿਫਨ ਤਿਆਰ ਕਰ ਰਹੇ ਨੇ, ਟਿਫਨ ਸਰਵਿਸ ਦਾ ਵੀ ਕੰਮ ਹੈ ਅਮਨਦੀਪ ਵੀਰੇ ਦਾ, ਅਤੇ ਨਾਲ ਨਾਲ ਉਹ ਮਾਂ ਦੀ ਗੱਲ ਸੁਣ ਕੇ ਵੀਰ ਰੋ ਵੀ ਰਹੇ ਆ, ਭਾਵੁਕ ਵੀ ਨੇ ਔਰ ਇਸ ਤਰ੍ਹਾਂ ਰੋ ਰਹੇ ਕਿ ਮਾਂ ਨੂੰ ਪਤਾ ਨਾ ਲੱਗੇ। ਅਮਨਦੀਪ ਵੀਰੇ ਤੁਹਾਡੇ ਮੰਮਾ ਬਹੁਤ ਸਟਰੋਂਗ ਨੇ, ਬਹੁਤ, ਤੇ ਇਸੇ ਕਰਕੇ ਤੁਸੀਂ ਸਟਰੋਂਗ ਹੋ। ਜਿਹੜਾ ਕਰਮਾਂ ਦਾ ਵਿਧਾਨ ਹੈ ਨਾ, ਉਹ ਭੁਗਤਣਾ ਹੀ ਪੈਣਾ। ਔਰ ਰਹੀ ਗੱਲ ਅਗਰ ਅਸੀਂ ਇਹਨੂੰ ਤਾਂਤਰਿਕ ਵਿੱਦਿਆ ਦੇ ਨਾਲ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਤਾਂ ਉਹ ਕੁਦਰਤ ਨਾਲ ਛੇੜਛਾੜ ਹੈ, ਅਤੇ ਕੁਦਰਤ ਕਹਿੰਦੀ ਹੈ ਫਿਰ ਤੂੰ ਮੈਨੂੰ ਛੇੜ ਰਿਹਾ ਅਤੇ ਫਿਰ ਹੋਰ ਚੱਲ ਕਰ। ਇਸ ਲਈ ਨਾ ਰੱਬ 'ਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਹੁੰਦੇ ਆ ਨਾ, ਰੱਬ ਜਾਣਨਾ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ, ਇਹ ਕੋਈ ਸਰਫ ਨਹੀਂ ਹੈ, ਰੱਬ ਨੂੰ ਮੰਨਣਾ ਪੈਂਦਾ ਹੈ, ਜਾਣਨਾ ਨਹੀਂ ਪੈਂਦਾ। ਦੇਖੋ ਜੀ ਇਹ ਨੌਜਵਾਨ ਜੋ ਹੈ ਵੀਰ ਦਾ 87 ਦਾ ਬਰਥ ਹੈ ਨਾ ਵੀਰ ਤੁਹਾਡਾ, 87 ਦਾ ਬਰਥ ਹੈ, ਅਤੇ ਤੁਸੀਂ ਦੇਖੋ ਕਿ ਇਹ ਲਗਭਗ 35 ਸਾਲ ਦੇ ਨੇ ਔਰ ਆਪਣੇ ਹੱਥੀਂ ਜਿਹੜੇ ਹੈਗੇ ਰੋਟੀਆਂ ਵਗੈਰਾ ਬਣਾ ਰਹੇ ਨੇ, ਟਿਫਨ ਦਾ ਕੰਮ ਕਰਦੇ ਆ, ਚਾਰ ਬੜਾ ਅੱਛਾ ਬਣਾਉਂਦੇ ਨੇ, ਇਹ ਨਿਟਿੰਗ ਕਰਦੇ ਨੇ ਆ, ਮਤਲਬ ਕੀ ਕੰਮ ਨੇ ਜੋ ਇਹ ਨੌਜਵਾਨ ਨਹੀਂ ਕਰਦਾ ਆਪਣੀ ਮਦਰ ਨੂੰ, ਕਿ ਉਹਨਾਂ ਨੂੰ ਸਕੂਨ ਮਿਲੇ, ਉਹਨਾਂ ਦੀ ਹੈਲਪ ਹੋਵੇ, ਉਹਨਾਂ ਨੂੰ ਘੱਟ ਤੋਂ ਘੱਟ ਕੰਮ ਕਰਨਾ ਪਵੇ। ਪਰ ਇੱਥੇ ਇੱਕ ਟੱਕਰਾ ਹੈ, ਮਾਂ ਕਹਿੰਦੀ ਵੀ ਮੇਰਾ ਪੁੱਤ ਨਾ ਜ਼ਿਆਦਾ ਔਖਾ ਹੋਵੇ, ਅਤੇ ਪੁੱਤ ਕਹਿੰਦਾ ਮੇਰੀ ਮਾਂ ਨਾ ਔਖੀ ਹੋਵੇ। ਵੀਰੇ ਮੈਂ ਤਾਂ ਦੇਖ ਰਹੀ ਹਾਂ ਕਿ ਤੁਸੀਂ ਫੁਲਕੇ ਬਣਾ ਰਹੇ ਹੋ ਔਰ ਬਣਾ ਵੀ ਬੜੇ ਅੱਛੇ ਫੁਲਕੇ ਰਹੇ ਹੋ, ਤੁਸੀਂ ਖਾਣਾ ਵਗੈਰਾ ਕਦੋਂ ਤੋਂ ਬਣਾਉਣਾ ਸ਼ੁਰੂ ਕੀਤਾ? ਬਸ ਜਦੋਂ ਦੇ ਪਾਪਾ ਡਿਪਰੈਸ਼ਨ 'ਚ ਚਲੇ ਗਏ, ਅਸੀਂ ਆਪਣਾ ਢਿੱਡ ਭਰਨਾ ਸੀ, ਮੰਮੀ ਦੁਕਾਨ 'ਤੇ ਜਾਂਦੇ ਸੀ, ਫਿਰ ਹੌਲੀ ਹੌਲੀ ਹਾਲਾਤਾਂ ਨੇ ਮਤਲਬ ਤੁਹਾਨੂੰ ਭੁੱਖ ਬਣਾਤਾ, ਹਾਲਾਤ ਵੀ ਕਹਿ ਸਕਦੇ ਹੋ ਔਰ ਆਪਣੇ ਕਰਮ ਵੀ ਕਹਿ ਸਕਦੇ ਹੋ। ਜਿਵੇਂ ਮੰਮਾ ਤੁਹਾਡੇ ਇਸ ਗੱਲ ਨੂੰ ਲੈ ਕੇ ਬੜੇ ਵਰਿਡ ਨੇ ਕਿ ਮੇਰਾ ਬੇਟਾ ਹੋਰ ਕੋਈ ਹੈ ਨਹੀਂ, ਹੈ ਨਾ, ਤੁਸੀਂ ਸ਼ਾਦੀ ਨਹੀਂ ਹਜੇ ਤੱਕ ਕਰਾਈ ਹੈਗੀ, ਤਾਂ ਉਹ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਆਪਣੀ ਬਿਮਾਰੀ ਨੂੰ ਲੈ ਕੇ ਜਮ੍ਹਾਂ ਨਹੀਂ ਸੋਚਦੇ, ਪਰ ਉਹ ਤੁਹਾਨੂੰ ਲੈ ਕੇ ਬਹੁਤ ਜ਼ਿਆਦਾ ਵਰਿਡ ਨੇ ਕਿ ਮੇਰਾ ਜਿਹੜਾ ਬੇਟਾ ਹੈ ਉਹ ਕਿਤੇ ਇਕੱਲਾ ਨਾ ਰਹਿ ਜਾਵੇ। ਇਹ ਤਾਂ ਹਰ ਕੋਈ ਸੋਚਦਾ, ਚਾਹੇ ਉਹ ਮਾਂ ਹੋਵੇ ਚਾਹੇ ਉਹ ਪਿਓ ਹੋਵੇ, ਆਪਣੇ ਪਰਿਵਾਰ ਲਈ ਤਾਂ ਹਰ ਕੋਈ ਸੋਚਦਾ। ਪਤਾ ਕੀ ਹੈ, ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ, ਕਿਉਂਕਿ ਕਹਿੰਦੇ ਚੀਨੀਆਂ ਦਾ ਇੱਕ ਮੁਹਾਵਰਾ ਹੈ, ਮੁਝੇ ਅਫਸੋਸ ਥਾ ਕਿ ਮੇਰੇ ਪਾਸ ਚੱਪਲ ਨਹੀਂ ਥੀ, ਔਰ ਜਬ ਮੈਨੇ ਸਾਹਮਣੇ ਵਾਲੇ ਕੋ ਦੇਖਾ ਉਸਕੇ ਪਾਸ ਪੈਰ ਹੀ ਨਹੀਂ ਥੇ। ਸੋ ਇਹਨੂੰ ਦੇਖ ਕੇ ਸ਼ੁਕਰ ਕਰੋ ਨਾ। ਬਹੁਤ ਸਟਰੋਂਗ ਹੋ ਤੁਸੀਂ, ਬਹੁਤ ਜ਼ਿਆਦਾ ਤੁਹਾਡੇ 'ਚ ਸਬਰ ਹੈ, ਸੰਤੋਖ ਹੈ, ਔਰ ਇਹ ਮਾਂ ਅਤੇ ਪੁੱਤ ਦੀ ਕਹਾਣੀ ਅਸੀਂ ਤੁਹਾਡੇ ਰੂਬਰੂ ਲੈ ਕੇ ਆਏ ਹਾਂ। ਅੰਮ੍ਰਿਤਸਰ ਸਾਹਿਬ ਵਿਖੇ ਰਹਿੰਦੇ ਨੇ ਔਰ ਆਂਟੀ ਨਿਟਿੰਗ ਕਰਦੇ ਨੇ, ਇਹਨਾਂ ਦੀ ਵੂਲ ਦੀ ਸ਼ੋਪ ਹੈ, ਔਰ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਵਿਖੇ ਅਟੈਕ ਹੋਇਆ ਸੀ ਤਾਂ ਉਦੋਂ ਜਿਹੜੀਆਂ ਗਲਿਆਰਾ ਜੋ ਅੱਜ ਕੱਲ੍ਹ ਬਣਿਆ ਹੋਇਆ ਗਲਿਆਰਾ ਬਣਾ ਦਿੱਤਾ ਸੀ, ਉੱਥੇ ਜੋ ਸ਼ੋਪਸ ਸੀ ਪੁਰਾਣੀਆਂ ਸ਼ੋਪਸ ਸੀ ਬਿਲਕੁਲ ਹੀ ਨਾਲ ਦਰਬਾਰ ਸਾਹਿਬ ਦੇ,
ਤਾਂ ਉੱਥੇ ਇਹਨਾਂ ਦੀ ਇੱਕ ਦੁਕਾਨ ਹੁੰਦੀ ਸੀ ਤਾਂ ਉਦੋਂ ਸੜ ਗਈ ਸੀ ਔਰ ਉਸ ਤੋਂ ਬਾਅਦ ਪਰਿਵਾਰ ਦਾ ਡਾਊਨਫੋਲ ਅਤੇ ਡਾਊਨਫੋਲ ਹੀ ਆਉਂਦਾ ਰਿਹਾ। ਪਰ ਆਂਟੀ ਨੇ ਬਹੁਤ ਹਿੰਮਤ ਕੀਤੀ, ਅੱਜ 72 ਸਾਲ ਦੇ ਹੋ ਗਏ ਨੇ ਪਰ ਅੱਜ ਵੀ ਜਿਹੜੀ ਦੁਕਾਨ 'ਤੇ ਇਹ ਜਾਂਦੇ ਨੇ, ਆਪਣਾ ਕੰਮ ਕਰਦੇ ਨੇ ਔਰ ਆਪਣੇ ਜੋ ਇਹਨਾਂ ਨੂੰ ਇੰਨੀ ਵੱਡੀ ਬਿਮਾਰੀ ਜਿਹੜੀ ਹੈਗੀ ਹੈ ਲੱਗੀ ਹੋਈ ਹੈ ਔਰ ਉਸਨੂੰ ਵੀ ਜਿਹੜਾ ਹੈਗਾ ਆਂਟੀ ਪੂਰਾ ਮਾਤ ਪਾ ਰਹੇ ਨੇ। ਹਾਲਾਂਕਿ ਘਰ ਦੇ ਹਾਲਾਤ ਕੋਈ ਬਹੁਤੇ ਅੱਛੇ ਨਹੀਂ ਹੈ। ਮੈਨੂੰ ਆਂਟੀ ਦੱਸ ਰਹੇ ਸੀਗੇ ਕਿ ਜਿਹੜਾ ਮੇਰਾ ਘਰ ਹੈ ਜਿੱਥੇ ਅਸੀਂ ਬੈਠੇ ਹਾਂ ਇਹ ਵੀ ਰਿਸ਼ਤੇਦਾਰਾਂ ਦੀ ਹੈਲਪ ਦੇ ਨਾਲ ਜਿਹੜਾ ਹੈਗਾ ਬਣਾਇਆ ਗਿਆ ਔਰ ਪੁਰਾਣਾ ਘਰ ਤਾਂ ਸਾਡਾ ਬਹੁਤ ਹੀ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਸੀ, ਘਰ ਦੀ ਛੱਤ ਟੁੱਟ ਗਈ ਸੀਗੀ ਔਰ ਅਜਿਹੇ ਹਾਲਾਤ ਜਿਹੜੇ ਇਹਨਾਂ ਲੋਕਾਂ ਨੇ ਦੇਖੇ ਨੇ, ਮਾਂ ਪੁੱਤਾਂ ਨੇ ਦੇਖੇ ਨੇ, ਪਰ ਅੱਜ ਵੀ ਦੁੱਖਾਂ ਦੇ ਜਿਹੜੇ ਪਹਾੜ ਹੈ ਉਹ ਸਾਹਮਣੇ ਖੜ੍ਹੇ ਨੇ, ਪਰ ਉਹਨਾਂ ਨੂੰ ਇਹ ਹੱਸ ਕੇ ਹੀ, ਤੁਸੀਂ ਦੇਖਿਆ ਵੀਰ ਨੂੰ, ਵੀਰ ਰੋ ਰਿਹਾ ਸੀ ਪਰ ਮੇਰੀ ਗੱਲਾਂ ਦੇ ਜਵਾਬ ਉਹ ਹੱਸ ਕੇ ਦੇ ਰਹੇ ਸੀ। ਇਹ ਹੁੰਦੀ ਹੈ ਜ਼ਿੰਦਗੀ ਔਰ ਜੇ ਤੁਹਾਨੂੰ ਇਹ ਕਹਾਣੀ ਅੱਛੀ ਲੱਗੀ ਹੋਵੇ ਤਾਂ ਇਸਨੂੰ ਜ਼ਰੂਰ ਸ਼ੇਅਰ ਕਰਨਾ, ਮੈਕਸੀਮਮ ਸ਼ੇਅਰ ਕਰਨਾ ਤਾਂ ਕਿ ਇਹਨਾਂ ਮਾਂ ਪੁੱਤ ਦੀ ਕਹਾਣੀ ਜਿਹੜੀ ਹੈਗੀ ਹੈ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਔਰ ਜੇਕਰ ਤੁਸੀਂ ਆਂਟੀ ਨੂੰ ਮਿਲਣਾ ਚਾਹੁੰਦੇ ਹੋਵੋ, ਇਸ ਪਰਿਵਾਰ ਨੂੰ ਮਿਲਣਾ ਚਾਹੁੰਦੇ ਹੋਵੋ, ਤਾਂ ਇੱਕ ਵਾਰ ਐਡਰੈਸ ਜਿਹੜਾ ਹੈਗਾ ਅਤੇ ਮੋਬਾਈਲ ਨੰਬਰ ਹੈਗਾ ਉਹ ਮੈਂ ਵੀਰ ਤੋਂ ਜ਼ਰੂਰ ਪੁੱਛ ਲੈਂਦੀ ਹਾਂ। ਵੀਰੇ ਤੁਸੀਂ ਇੱਕ ਤਾਂ ਸ਼ੋਪ ਦਾ ਐਡਰੈਸ ਦੱਸੋ ਵੀ ਕੀ ਐਡਰੈਸ ਹੈ ਔਰ ਮੋਬਾਈਲ ਨੰਬਰ ਵੀ ਤੁਸੀਂ ਕਾਇੰਡਲੀ ਦੱਸ ਦਿਓ। ਦੁਕਾਨ ਦਾ ਐਡਰੈਸ ਹੈ ਅੰਮ੍ਰਿਤਸਰ, ਨੀਅਰ ਹਰਿਮੰਦਰ ਸਾਹਿਬ ਦੇ ਕੋਲ ਹੈ, ਸਵਾਂਕ ਮੰਡੀ, ਔਰ ਮੇਰਾ ਫੋਨ ਨੰਬਰ ਹੈ 7837304864। ਥੈਂਕ ਯੂ ਅਮਨਦੀਪ ਭਾਅ ਜੀ ਗੱਲ ਕਰਨ ਦੇ ਲਈ, ਥੈਂਕ ਯੂ ਆਂਟੀ ਸਾਨੂੰ ਸਮਾਂ ਦੇਣ ਦੇ ਲਈ, ਧੰਨਵਾਦ।